ਗੰਗਾ ਵਰਗਾ ਪਾਕ ਜਲ ਪ੍ਰਗਟ ਹੋਇਆ ਹੈ, ਉਹ ਸਥਾਨ ਗੰਗਸਰ ਬਣ ਗਿਆ ਤੇ ਇਸ ਜੈਤੋਂ ਦੇ ਨਾਲ ਇਹ ਲਕਬ ਪ੍ਰਗਟ ਹੋ ਗਿਆ ਗੰਗਸਰ ਜੈਤੋਂ। ਤੀਸਰਾ ਸਥਾਨ ਹੈ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ 1924 ਦੇ ਵਿੱਚ ਜੈਤੋਂ ਦੇ ਮੋਰਚੇ ਦਰਮਿਆਨ ਸ਼ਹਾਦਤ ਦੀ ਅਵਧੀ ਪਾਉਣ ਵਾਲੇ ਸੂਰਬੀਰਾਂ ਦਾ ਅੰਗੀਠਾ। ਇਹ ਇਤਿਹਾਸਿਕ ਸਥਾਨ ਇੱਥੇ ਪ੍ਰਫੁੱਲਤ ਨੇ। ਇਸ ਮੋਰਚੇ ਦਾ ਕਾਰਨ ਕੀ ਬਣਦਾ ਹੈ? ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਰਿਆਸਤ ਨਾਭਾ ਦੇ ਵਿੱਚ ਜੈਤੋਂ ਨਗਰ ਪੈਂਦਾ ਹੈ, ਬਠਿੰਡੇ ਦਾ ਇਲਾਕਾ। ਇਸ ਰਿਆਸਤ ਦੇ ਮਹਾਨ ਮਹਾਰਾਜਾ ਰਿਪੂ ਦਮਨ ਸਿੰਘ ਜੀ ਧਰਮੀ ਰਾਜੇ ਨੇ, ਜਿਨ੍ਹਾਂ ਦੀ ਸੋਚ ਦੇ ਵਿੱਚੋਂ ਆਨੰਦ ਮੈਰਿਜ ਐਕਟ ਪੈਦਾ ਹੋਇਆ। ਧਰਮ ਪ੍ਰਤੀ ਉਹਨਾਂ ਦੀ ਭਾਵਨਾ ਕੁਝ ਉਦਾਹਰਣਾਂ ਤੋਂ ਪ੍ਰਗਟ ਹੁੰਦੀ ਹੈ। ਜਦੋਂ ਸਾਕਾ ਨਨਕਾਣਾ ਸਾਹਿਬ ਦਾ ਵਿਰੋਧ ਕਰਨ ਦੇ ਤੌਰ ਤੇ ਬ੍ਰਿਟਿਸ਼ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਸਿੱਖ ਜਗਤ ਨੇ, ਜਥੇਬੰਦੀਆਂ ਨੇ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਨੇ, ਸਿੱਖ ਸੰਪਰਦਾਵਾਂ ਨੇ ਕਾਲੀਆਂ ਦਸਤਾਰਾਂ ਬੰਨਣ ਦੀ ਬਾਤ ਕੀਤੀ ਹੈ ਨਾ, ਤੋ ਸੰਗਤ ਨੇ ਤੇ ਰੋਸ ਵਜੋਂ ਦਸਤਾਰਾਂ ਬੰਨਣੀਆਂ ਨੇ, ਪਰ ਜਿੰਨੀਆਂ ਰਿਆਸਤਾਂ ਨੇ ਭਾਰਤ ਦੇ ਅੰਦਰ ਉਹ ਬ੍ਰਿਟਿਸ਼ ਦੇ ਨਾਲ ਰਲ ਮਿਲ ਕੇ ਚੱਲਦੀਆਂ ਸਨ। ਤਾਜਪੋਸ਼ੀ ਰਿਆਸਤਾਂ ਦੀ ਬ੍ਰਿਟਿਸ਼ ਲੋਕ ਕਰਦੇ ਨੇ, ਗੋਰੇ ਕਰਦੇ ਨੇ। ਹੁਣ ਜਿਨ੍ਹਾਂ ਤਾਜਪੋਸ਼ੀ ਕੀਤੀ ਹੈ ਉਹਨਾਂ ਦੇ ਉਲਟ ਜਾ ਕੇ, ਅਗੇਂਸਟ ਜਾ ਕੇ ਕੋਈ ਰਾਜਾ ਅਗਰ ਬਗਾਵਤ ਕਰਦਾ ਹੈ ਤੇ ਉਹਦਾ ਰਾਜ ਭਾਗ ਜਾਵੇਗਾ, ਰਿਆਸਤ ਜਾਵੇਗੀ। ਇਹਨਾਂ ਰਿਆਸਤਾਂ ਵਿੱਚੋਂ ਮਹਾਰਾਜਾ ਰਿਪੂ ਦਮਨ ਸਿੰਘ ਐਸੇ ਰਾਜਾ ਸਨ ਸਿੱਖੀ ਦਾ, ਜਿਨ੍ਹਾਂ ਨੂੰ ਦਰਦ ਸੀ, ਉਹਨਾਂ ਨੇ ਕਾਲੀ ਦਸਤਾਰ ਵੀ ਬੰਨੀ ਰੋਸ ਵਜੋਂ। ਦੂਸਰਾ, ਉਹਨਾਂ ਰਿਆਸਤ ਨਾਭਾ ਦੇ ਵਿੱਚ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਛੁੱਟੀ ਵੀ ਕੀਤੀ ਸਰਕਾਰੀ। ਹੁਣ ਅੰਗਰੇਜ਼ਾਂ ਨੂੰ ਇਹ ਗੱਲਾਂ ਨਹੀਂ ਪਾਉਂਦੀਆਂ, ਤੇ ਤੁਹਾਨੂੰ ਇਹ ਵੀ ਦੱਸ ਦੇਵਾਂ, ਬ੍ਰਿਟਿਸ਼ ਅੰਪਾਇਰ ਦਾ ਇਹ ਅਸੂਲ ਸੀ ਵੀ ਅੰਗਰੇਜ਼ ਅਧਿਕਾਰੀ ਤਾਜਪੋਸ਼ੀ ਕਰਦੇ ਸਨ ਰਾਜਿਆਂ ਦੀ, ਪਰ ਸਿੱਖ ਜਗਤ ਵਿੱਚ ਇੰਨਾ ਅਦਬ ਸੀ ਰਿਪੂ ਦਮਨ ਸਿੰਘ ਹੁਣਾਂ ਦਾ, ਸੰਤ ਸ਼੍ਰੋਮਣੀ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ, ਭਾਈ ਅਰਜਨ ਸਿੰਘ ਜੀ ਬਾਗੜੀਆਂ ਵਰਗੀਆਂ ਨੇਕ ਰੂਹਾਂ ਨੇ ਤਾਜਪੋਸ਼ੀ ਕੀਤੀ ਮਹਾਰਾਜਾ ਰਿਪੂ ਦਮਨ ਸਿੰਘ ਦੀ। ਮੈਂ ਇੱਕ ਇੰਗਲਿਸ਼ ਦਾ ਵਿਦਵਾਨ ਪੜ੍ਹ ਰਿਹਾ ਸਾਂ, ਉਹ ਕਹਿੰਦਾ ਮਹਾਰਾਜਾ ਰਿਪੂ ਦਮਨ ਸਿੰਘ ਵਾਜ਼ ਨੋਨ ਫੋਰ ਹਿਸ ਪ੍ਰੋ ਖਾਲਸਾ ਐਕਟੀਵਿਟੀਜ਼। ਸਿੱਖੀ ਸਿਧਾਂਤ ਤੇ ਚੱਲਦਾ ਸੀ ਰਾਜਾ, ਸਿੱਖ ਪਰੰਪਰਾਵਾਂ ਪ੍ਰਤੀ ਅਨੁਕੂਲ ਸੀ ਰਾਜਾ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਨਾਲ ਚੱਲਦਾ ਸੀ ਰਾਜਾ। ਬੜੇ ਬੁਲਾਰੇ ਇਹ ਗੱਲ ਕਹਿ ਕੇ ਗਏ ਨੇ ਮਹੰਤ ਵਿਗੜ ਗਏ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਆਗਾਜ਼ ਹੋਇਆ, ਇਹ ਗੱਲ ਠੀਕ ਹੈ, ਪਰ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਵੀ ਸਾਰੇ ਹੀ ਮਹੰਤ ਵਿਗੜ ਗਏ। 200 ਵਰੇ ਦੇ ਕਰੀਬ ਉਦਾਸੀਆਂ ਮਹਾਂਪੁਰਸ਼ਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ 'ਚ ਗੁਰਦੁਆਰੇ ਸਾਂਭੇ ਨੇ, ਖਾਲਸਾ ਤੇ ਜੰਗਲਾਂ 'ਚ ਰਿਹਾ, ਗਿਣੇ ਚੁਣੇ ਮਹੰਤ ਵਿਗੜੇ ਸਨ, ਜਿਵੇਂ ਨਨਕਾਣਾ ਸਾਹਿਬ ਵਾਲਾ ਨਰੈਣੂ ਮਹੰਤ ਵਿਗੜ ਗਿਆ, ਪਾਉਂਟਾ ਸਾਹਿਬ ਵਾਲਾ ਮਹੰਤ ਵਿਗੜ ਗਿਆ, ਇਹਦਾ ਕੁਝ ਮਹੰਤ ਵਿਗੜੇ ਸਨ,
ਔਰ ਬ੍ਰਿਟਿਸ਼ ਲੋਕਾਂ ਇਹਨਾਂ ਦੀ ਪਿੱਠ ਥਾਪੜੀ ਹੋਈ ਸੀ। ਇਹ ਗੁਰਮਤ ਨੂੰ ਛੱਕੇ ਟਾਂਕੇ ਮਨਮਤ ਦਾ ਬੋਲਬਾਲਾ ਗੁਰਦੁਆਰਿਆਂ ਵਿੱਚ ਕਰ ਰਹੇ ਸਨ। ਤੋ ਸਿੱਖੀ ਸਿਧਾਂਤਾਂ ਨੂੰ ਕਾਇਮ ਕਰਨ ਲਈ ਜਿਹੜੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਆਗਾਜ਼ ਹੋਇਆ ਸੀ ਮਹਾਰਾਜਾ ਨਾਭਾ, ਇਹਨੂੰ ਸਮਰਪਿਤ ਰਿਹਾ ਹੈ। ਕੁਝ ਮਹਾਰਾਜਾ ਪਟਿਆਲਾ ਦੇ ਨਾਲ ਵੀ ਵੈਰ ਵਿਰੋਧ ਵਧਿਆ, ਪੰਥ ਪ੍ਰਤੀ ਇਹਨਾਂ ਦੇ ਕਰਮ ਨੂੰ ਵੇਖਦੇ ਹੋਏ ਧਰਮੀ ਰਾਜਾ ਰਿਪੂ ਦਮਨ ਸਿੰਘ ਨੂੰ ਬ੍ਰਿਟਿਸ਼ ਅੰਪਾਇਰ ਨੇ ਧੋਖੇ ਦੇ ਨਾਲ ਕੁਝ ਗੱਦਾਰਾਂ ਦੀ ਮਦਦ ਦੇ ਨਾਲ 9 ਜੁਲਾਈ 1923 ਈਸਵੀ ਵਿੱਚ ਤਖ਼ਤ ਤੋਂ ਜੁਦਾ ਕਰ ਦਿੱਤਾ, ਆਪਣੇ ਪੰਜਾਬ ਦੇਸ਼ ਤੋਂ ਦੂਰ ਕੈਦ ਕਰ ਦਿੱਤਾ। ਖੈਰ, ਉਹਨਾਂ ਦੇ ਕਦਮ ਕਦੇ ਨਾਭਾ ਰਿਆਸਤ ਵਿੱਚ ਫਿਰ ਬ੍ਰਿਟਿਸ਼ ਲੋਕਾਂ ਨੇ ਪੈਣ ਨਹੀਂ ਦਿੱਤੇ। ਪਰ ਮਹਾਰਾਜਾ ਰਿਪੂ ਦਮਨ ਸਿੰਘ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਹੋਇਆਂ ਸਿੱਖ ਪੰਥ ਦੀ ਆਵਾਜ਼ ਨੂੰ ਸਿੱਖ ਜਗਤ ਦੀਆਂ ਸਿਰਮੌਰ ਸੰਸਥਾਵਾਂ ਨੇ ਬੁਲੰਦ ਕੀਤਾ, ਜਿਨ੍ਹਾਂ 'ਚੋਂ ਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਸ ਸੰਸਥਾ ਨੂੰ ਵਾਲੰਟੀਅਰ ਸਪਲਾਈ ਕਰਨ ਵਾਲੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ। ਕਈ ਵਾਰ ਆਪਣੇ ਵਿੱਚ ਆਮ ਹੀ ਗੱਲ ਚੱਲ ਪੈਂਦੀ ਹੈ, ਸਿੱਖ ਕੀ ਤੇ ਸਿਆਸਤ ਕੀ, ਸੰਤ ਕੀ ਤੇ ਸਿਆਸਤ ਕੀ। ਤੁਸੀਂ ਧਿਆਨ ਨਾਲ ਬਾਣੀ ਨਹੀਂ ਪੜ੍ਹੀ, ਤੂੰ ਗੁਰਪ੍ਰਸਾਦ ਕਰ ਰਾਜ ਯੋਗ, ਸਿੱਖ ਰਾਜਾ ਯੋਗੀ ਹੈ। ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ, ਅਕਾਲ ਤਖ਼ਤ ਸ਼ਕਤੀ ਦਾ ਕੇਂਦਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਭਗਤੀ ਦਾ ਪ੍ਰਤੀਕ ਨੇ, ਦਸਮ ਬਾਣੀ ਸ਼ਕਤੀ ਦੀ ਪ੍ਰਤੀਕ ਹੈ। ਤੋ ਪੀਰੀ ਦਾ ਜਿਹੜਾ ਸਾਡੇ ਵਿੱਚ ਪੱਖ ਰਿਹਾ ਹੈ ਗੁਰਧਾਮਾਂ ਦੀ ਸੇਵਾ ਦਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ। ਮੀਰੀ ਦਾ ਜਿਹੜਾ ਪੱਖ ਸੀ ਉਹ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਈ। ਹਾਂ, ਬਾਣੀ ਬਾਣੇ ਦੇ ਨਿਤਨੇਮ ਦੇ ਧਾਰਮੀ ਸਨ। ਜੇ ਅਜੋਕੇ ਸਮੇਂ ਵਿੱਚ ਗਿਰਾਵਟ ਆਈ ਹੈ ਤਾਂ ਇਹ ਸੰਸਥਾਵਾਂ ਦੀ ਗਿਰਾਵਟ ਨਹੀਂ ਹੈ, ਇਹ ਆਗੂਆਂ ਦੀ ਗਿਰਾਵਟ ਹੈ। ਅਤੇ ਜਿਸ ਦਿਨ ਅਸੀਂ ਪੰਥ ਗ੍ਰੰਥ ਅੱਗੇ ਕਰਕੇ ਬਾਣੀ ਬਾਣੇ ਦੇ ਧਾਰਮੀ ਬਣ ਗਏ, ਅਕਾਲੀ ਦਲ ਫਿਰ ਪ੍ਰਫੁੱਲਤ ਹੋਵੇਗਾ। ਤੋ ਆਗੂਆਂ ਦੀ ਗਿਰਾਵਟ ਕਰਕੇ ਮੈਂ ਇਹ ਕਈ ਵਾਰ ਆਨਾ ਹੁੰਦਾ ਹੈ, ਸਿਰ ਦੇ ਕੇ ਬਣੀਆਂ ਜਥੇਬੰਦੀਆਂ ਸੰਸਥਾਵਾਂ ਨੂੰ ਭੰਡਿਆ ਨਾ ਕਰੋ। ਦੀਵੇ ਦੀ ਲੋ ਵੱਧ ਗਈ ਘੱਟ ਗਈ, ਕਦੇ ਆਗੂ ਚੰਗੇ ਆ ਗਏ, ਕਦੇ ਗਿਰਾਵਟ ਵਾਲੇ ਆ ਗਏ। ਆਪਣੀਆਂ ਸੰਸਥਾਵਾਂ ਨੂੰ ਪ੍ਰਫੁੱਲਤ ਰੱਖਣ ਲਈ ਯਤਨਸ਼ੀਲ ਰਿਹਾ ਕਰੋ, ਭੰਡੀ ਪ੍ਰਚਾਰ ਵਿੱਚ ਨਹੀਂ ਪੈਣਾ ਚਾਹੀਦਾ। ਖੈਰ, ਇਹਨਾਂ ਸੰਸਥਾਵਾਂ ਨੇ ਜਲਸੇ ਤੇ ਜਲੂਸ ਕੱਢਣੇ ਸ਼ੁਰੂ ਕੀਤੇ, ਨਾਲ ਸੰਤ ਅਤਰ ਸਿੰਘ ਮਹਾਰਾਜ ਮਸਤੂਵਾਣਾ ਸੰਪਰਦਾਇ, ਦਮਦਮੀ ਟਕਸਾਲ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਰਾੜਾ ਸਾਹਿਬ, ਨਾਨਕਸਰ, ਜਿਤਨੇ ਵੀ ਮਹਾਂਪੁਰਸ਼ ਨੇ ਇਹਨਾਂ ਸੰਗਤਾਂ ਨੂੰ ਜਾਗਰੂਕ ਕੀਤਾ। ਔਰ ਜਾਗਰੂਕਤਾ ਐਸੀ ਆਈ ਹੈ, ਜੁਲਾਈ ਦਾ ਮਹੀਨਾ ਸੀ 1923 ਦੀ ਗੱਲ ਹੈ, ਅਕਾਲੀਆਂ ਦੇ ਵੱਲੋਂ ਕਮੇਟੀ ਗਠਨ ਕੀਤੀ ਗਈ ਮਹਾਰਾਜਾ ਰਿਪੂ ਦਮਨ ਸਿੰਘ ਦੇ ਲਈ। ਗੁਰੂ ਪਾਤਸ਼ਾਹ ਅੱਗੇ ਅਰਦਾਸ ਕੀਤੀ ਗਈ 1923 ਦੇ ਵਿੱਚ। ਭਾਰਤ ਦਾ ਜਿਹੜਾ ਵਾਇਸ ਰਾਏ ਹੈ ਲਾਰਡ ਰੀਡਿੰਗ, ਇਹਨੂੰ ਇੱਕ ਪੱਥਰ ਲਿਖਤੀ ਰੂਪ ਦੇ ਵਿੱਚ ਛਾਪਾ ਭੇਜਿਆ ਜਾਂਦਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਵੀ ਮਹਾਰਾਜਾ ਰਿਪੂ ਦਮਨ ਸਿੰਘ ਦੇ ਨਾਲ ਅਨਿਆ ਹੋਇਆ, ਇਨਕੁਆਇਰੀ ਬਿਠਾਈ ਜਾਵੇ, ਤੁਹਾਨੂੰ ਨਿਆਂ ਕਰਨਾ ਚਾਹੀਦਾ ਹੈ।
ਹਿਸਟਰੀ ਦੇ ਵਿੱਚ ਇੱਕ ਬਚਨ ਆਉਂਦਾ ਹੈ, ਦਾ ਨਾਭਾ ਅਥਾਰਟੀਜ਼ ਬੈਂਡ ਪਬਲਿਕ ਡਿਸਕਸ਼ਨਸ ਔਨ ਦਿਸ ਮੈਟਰ। ਹੁਣ ਬ੍ਰਿਟਿਸ਼ ਅੰਪਾਇਰ ਨੇ ਕੀ ਕੀਤਾ, ਇਸ ਗੱਲ ਦੇ ਉੱਤੇ ਅਸਰ ਕਰਨ ਦੀ ਬਜਾਏ ਜਨਤਕ ਚਰਚਾਵਾਂ 'ਤੇ ਪਾਬੰਦੀ ਲਾ ਦਿੱਤੀ ਵੀ ਕੋਈ ਜਲਸਾ, ਕੋਈ ਜਲੂਸ, ਕੋਈ ਸਮਾਗਮ ਇਸ ਸੰਦਰਭ ਵਿੱਚ ਨਹੀਂ ਰੱਖਿਆ ਜਾਵੇਗਾ। ਪਰ ਅਕਾਲੀਆਂ ਵੱਲੋਂ ਗਤੀਵਿਧੀਆਂ ਜਾਰੀ ਰਹੀਆਂ, ਦੀਵਾਨ ਲੱਗਦੇ ਰਹੇ। ਦੀਵਾਨ ਲੱਗਿਆ ਹੋਇਆ ਹੈ, ਕੋਈ ਅਗਸਤ 1923 ਦੀ ਗੱਲ ਹੈ, ਕੁਝ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਗ੍ਰਿਫਤਾਰੀ ਦੇ ਰੋਸ ਵਿੱਚ ਇਹ ਅਕਾਲੀਆਂ ਵੱਲੋਂ, ਸਿੱਖ ਜਗਤ ਵੱਲੋਂ ਫੈਸਲਾ ਲਿਆ ਗਿਆ ਕਾਰਜ ਦੀ ਸਫਲਤਾ ਦੇ ਲਈ, ਮੋਰਚਾ ਜਿੱਤਣ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅਖੰਡ ਪਾਠਾਂ ਦੀ ਨਿਰੰਤਰ ਲੜੀ ਚਲਾਈ ਜਾਵੇ। 14 ਸਪਤੰਬਰ 1923 ਨੂੰ ਗੁਰਦੁਆਰਾ ਗੰਗਸਰ ਸਾਹਿਬ ਇਸ ਜਗ੍ਹਾ ਤੇ ਸ੍ਰੀ ਅਖੰਡ ਜਾਪ ਦਾ ਆਗਾਜ਼ ਹੋਇਆ। ਕਈਆਂ ਨੂੰ ਇੱਥੇ ਵੀ ਮੁਸ਼ਕਲ ਆ ਜਾਂਦੀ ਹੈ, ਕਹਿੰਦੇ ਅਖੰਡ ਪਾਠ ਕਰਨ ਕਰਾਉਣ ਦਾ ਕੀ ਫਾਇਦਾ। ਉਹ ਭਾਈ ਜੀ, ਮੰਤਰਾਂ ਜੰਤਰਾਂ ਦੇ ਪਾਠ ਕਰਨੇ, ਟੂਣੇ ਟੱਪੇ ਕਰਨੇ, ਉਹਨੂੰ ਪਖੰਡ ਆਖਿਆ ਹੈ। ਬਾਣੀ ਨਿਰੰਤਰ ਪੜ੍ਹਨ ਨੂੰ ਪਖੰਡ ਨਹੀਂ ਆਖਿਆ। ਕਦੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹਿਆ ਕਰੋ। ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਪਲ ਰਹਿ ਨਾ ਸਕੋ ਬਿਨ ਨਾਵੈ, ਗੁਰਮੁਖ ਹਰ ਹਰ ਪਾਠ ਪੜ੍ਹਈਆ। ਗੁਰਮੁਖਾਂ ਦੀ ਅਵਸਥਾ ਹੈ, ਇੱਕ ਅਖੰਡ ਪਾਠ ਨੂੰ ਕਈ ਰੋਈ ਜਾਂਦੇ ਨੇ, ਕੋਈ ਲੜੀਆਂ ਨੂੰ ਰੋਈ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਗੁਰਮੁਖ ਪਾਠਾਂ ਦੀਆਂ ਲੜੀਆਂ ਚਲਾ ਛੱਡਦੇ ਨੇ, ਉਹਨਾਂ ਦਾ ਹਰ ਸਾਹ ਪਾਠ ਕਰਦਾ ਹੈ। ਹੁਣ ਪਾਠ ਕਰਕੇ ਮੰਗ ਕੀ ਹੈ ਸਾਡੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਗੁਰਾਂ ਅੱਗੇ ਅਰਦਾਸ ਕਰਨੀ ਵੀ ਇਹ ਜਿਹੜਾ ਸਿੱਖ ਜਗਤ ਵੱਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਆਗਾਜ਼ ਕੀਤਾ ਗਿਆ, ਜਿਹਦੇ ਵਿੱਚ ਬ੍ਰਿਟਿਸ਼ ਲੋਕ ਦਖਲ ਕਰਦੇ ਨੇ, ਜਿਹਦੇ ਵਿੱਚ ਮਹੰਤ ਮਨਮਤੀਏ ਆਪਣੀ ਮਨਮਤ ਘੋਲ ਰਹੇ ਨੇ, ਔਰ ਹੱਕ ਸੱਚ ਅਤੇ ਧਰਮ ਦੀ ਖਾਤਰ ਆਵਾਜ਼ ਬੁਲੰਦ ਕਰਨ ਵਾਲੇ ਮਹਾਰਾਜਾ ਰਿਪੂਦਮਨ ਸਿੰਘ ਦਾ ਤਖ਼ਤ ਹਰਣ ਕੀਤਾ ਗਿਆ ਹੈ। ਮਹਾਰਾਜ ਆਪ ਸਫਲਤਾ ਬਖਸ਼ੋ। ਅਖੰਡ ਜਾਪ ਚੱਲ ਰਿਹਾ ਹੈ, ਅਰਦਾਸੇ ਸੋਧੇ ਜਾ ਰਹੇ ਨੇ। ਬ੍ਰਿਟਿਸ਼ ਅੰਪਾਇਰ ਵੱਲੋਂ ਪੁਲਿਸ ਨੇ ਆ ਕੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਗ੍ਰਿਫਤ ਵਿੱਚ ਲਿਆ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਅਗਵਾ ਕਰਕੇ ਅਖੰਡ ਜਾਪ ਦਾ ਖੰਡਨ ਕਰ ਦਿੱਤਾ, ਖੰਡਿਤ ਕੀਤਾ ਬਾਣੀ ਨੂੰ। ਤੇ ਤੁਹਾਡੇ ਮੇਰੇ ਵਰਗੀਆਂ ਸੰਗਤਾਂ ਤੇ ਪਾਬੰਦੀ ਲਾਈ ਗਈ ਵੀ ਹੁਣ ਇਹ ਗੁਰਦੁਆਰੇ ਨਹੀਂ ਆ ਸਕਦੇ। ਬ੍ਰਿਟਿਸ਼ ਅੰਪਾਇਰ ਵੱਲੋਂ ਅਖੰਡ ਪਾਠ ਨੂੰ ਖੰਡਿਤ ਕਰਨਾ, ਸਿੱਖ ਸੰਗਤ ਦਾ ਗੁਰਦੁਆਰੇ ਦਾਖਲਾ ਬੰਦ ਕਰ ਦੇਣਾ। ਇਸ ਸੰਦਰਭ ਦੇ ਵਿੱਚ ਸਿੱਖਾਂ ਨੇ ਸ਼ਾਂਤਮਈ ਮੋਰਚੇ ਦਾ ਆਗਾਜ਼ ਕੀਤਾ। ਗੁਰੂ ਮਰਿਆਦਾ ਬਹਾਲ ਕਰਨੀ ਹੈ। 25 ਸਪਤੰਬਰ 1923 ਅਕਾਲ ਤਖ਼ਤ ਸਾਹਿਬ ਤੋਂ ਕੁਝ ਸਿੰਘਾਂ ਦੇ ਜਥੇ ਨਿਤਾ ਪ੍ਰਤੀ ਚੱਲਣ ਲੱਗ ਪਏ। ਬ੍ਰਿਟਿਸ਼ ਅੰਪਾਇਰ ਜਦੋਂ ਜੈਤੋਂ ਵੱਲ ਆਉਂਦਿਆਂ ਤੱਕਦੀ ਹੈ, ਸਿੰਘ ਸੂਰਿਆ ਨੂੰ ਤੇ ਗ੍ਰਿਫਤ ਵਿੱਚ ਲੈ ਲੈਂਦੇ ਨੇ। ਕਿਸੇ ਨੂੰ ਨਾਭੇ ਗ੍ਰਿਫਤਾਰ ਕੀਤਾ ਜਾਂਦਾ, ਕਿਸੇ ਨੂੰ ਰਾਜਸਥਾਨ ਭੇਜਿਆ ਜਾਂਦਾ, ਕਿਸੇ ਨੂੰ ਕਿਧਰੇ ਭੇਜਿਆ ਜਾਂਦਾ। ਅੱਗੇ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ, 29 ਸਪਤੰਬਰ
1923 ਦੇ ਵਿੱਚ ਬ੍ਰਿਟਿਸ਼ ਅੰਪਾਇਰ ਨੇ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ਦੇ ਉੱਤੇ ਬੈਨ ਕਰ ਦਿੱਤਾ ਵੀ ਇਹ ਗੈਰ ਕਾਨੂੰਨੀ ਜਥੇਬੰਦੀਆਂ ਨੇ ਕਿਉਂਕਿ ਸੱਚ ਦੀ ਆਵਾਜ਼ ਬੁਲੰਦ ਕਰ ਰਹੀਆਂ ਸਨ। ਕਈ ਮੈਂਬਰ ਸਾਹਿਬਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ। 9 ਫਰਵਰੀ 1924 ਨੂੰ ਰੋਸ ਵਜੋਂ ਸ਼ਾਂਤਮਈ ਮੋਰਚੇ ਵਿੱਚ ਜਾਣ ਵਾਲੇ ਸਿੰਘਾਂ ਦੀ ਜਿਹੜੀ ਗਿਣਤੀ ਹੈ ਵਧਾਈ ਗਈ ਉਹ 25 ਤੋਂ 500 ਕੀਤੀ ਗਈ। 500 ਸਿੰਘਾਂ ਦਾ ਸ਼ਹੀਦੀ ਜਥਾ ਇਹ ਚੱਲ ਪਿਆ ਅਕਾਲ ਤਖਤ ਸਾਹਿਬ ਤੋਂ ਜੈਤੋ ਦੇ ਮੋਰਚੇ ਵੱਲ ਨੂੰ। 20 ਫਰਵਰੀ ਨੂੰ ਇਹ ਜਥਾ ਬਰਗਾੜੀ ਪਹੁੰਚਦਾ ਹੈ। ਜਦੋਂ 21 ਫਰਵਰੀ ਨੂੰ ਇਹ ਜਥਾ ਜੈਤੋ ਪਹੁੰਚਿਆ ਉੱਥੇ ਬ੍ਰਿਟਿਸ਼ ਸਰਕਾਰ ਵੱਲੋਂ ਨਾਭਾ ਪ੍ਰਸ਼ਾਸਕ ਸੀ ਵਿਲਸਨ ਜੌਨਸਨ, ਉਹ ਸਾਵੇਂ ਖਲੋਤਾ ਹੈ। ਉਹਨੇ ਪੁਲਿਸ ਨੂੰ ਹੁਕਮ ਕਰ ਦਿੱਤਾ, ਓਪਨ ਫਾਇਰ ਸ਼ੂਟ ਐਟ ਸਾਈਡ ਦਾ ਆਰਡਰ ਦੇ ਦਿੱਤਾ ਵੀ ਜਿਹੜੇ ਅਕਾਲੀ ਮਰਦੇ ਨੇ ਉਡਾ ਦਿਓ, ਮਾਰ ਦਿਓ। ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘਾਂ ਦੀਆਂ ਛਾਤੀਆਂ ਵਿੰਨੀਆਂ ਗਈਆਂ, ਸ਼ਹਾਦਤ ਦੀ ਅਵਧੀ ਸਿੰਘ ਮਾਣ ਗਏ। ਬਾਣੀ ਦਾ ਇੱਕ ਫੁਰਮਾਨ ਹੈ, ਕਈ ਵਾਰ ਅਸੀਂ ਕਿੰਤੂ ਪਰੰਤੂ ਕਰ ਦਿੰਦੇ ਹਾਂ ਵੀ ਗੁਰੂ ਦੇ ਦਰ ਤੇ ਸੋਨੇ ਦਾ ਚੌਰ ਕਿਉਂ ਚੜ੍ਹ ਗਿਆ, 2.5 ਲੱਖ ਦਾ ਰੁਮਾਲਾ ਕਿਉਂ ਚੜ੍ਹ ਗਿਆ, ਫੁੱਲਾਂ ਦੀ ਸਜਾਵਟ ਕਰੋੜਾਂ ਵਿੱਚ ਕਿਉਂ ਹੋ ਗਈ। ਜੋ ਕੁਝ ਵੀ ਚੜਾਵੇ ਦੇ ਰੂਪ ਵਿੱਚ ਆਉਂਦਾ ਹੈ ਕਈਆਂ ਨੂੰ ਬੜੀ ਮੁਸ਼ਕਲ ਆਉਂਦੀ ਹੈ, ਪਾਚਨ ਸ਼ਕਤੀ ਬੜੀ ਥੋੜ੍ਹੀ ਹੈ, ਅਤੇ ਵਿਰੋਧ ਤਾਂ ਵੀ ਉਹ ਕਰਦੇ ਨੇ ਜਿਨ੍ਹਾਂ ਦਾ ਸਾਰਾ ਟੱਬਰ ਰੋਟੀ ਲੰਗਰ 'ਚੋਂ ਖਾਂਦਾ ਅਤੇ ਮੱਥਾ ਚਵਾਨੀ ਨਹੀਂ ਟੇਕਦੇ ਲੋਕ। ਭਾਵਨਾ ਵਾਲਾ ਤਾਂ ਕਦੇ ਵੀ ਤਰਕ ਨਹੀਂ ਕਰਦਾ, ਇਹ ਰੁਮਾਲਿਆਂ ਨੂੰ ਰੋਈ ਜਾਂਦਾ, ਚੌਰ ਸਾਹਿਬਾਂ ਨੂੰ ਰੋਈ ਜਾਂਦਾ। ਇੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਨਮ ਮਰਨ ਕੀ ਚੂਕੀ ਕਾਣ, ਪੂਰੇ ਗੁਰ ਉੱਪਰ ਕੁਰਬਾਨ ਸਿੱਖ ਤੇ ਸਿਰ ਦੇ ਦਿੰਦਾ ਹੈ ਗੁਰੂ ਦੇ ਬਦਲੇ। ਸ਼ਹਾਦਤ ਦੀ ਅਵਧੀ ਪਾਈ ਸੂਰਿਆਂ ਨੇ, ਹਜੇ ਜ਼ਖਮ ਅੱਲੇ ਨੇ। ਹਫ਼ਤੇ ਦੇ ਵਿੱਚ ਵਿੱਚ ਹੀ ਅਗਲਾ 500 ਦਾ ਜਥਾ ਫਿਰ ਅਕਾਲ ਤਖ਼ਤ ਤੋਂ ਤਿਆਰ ਹੋਇਆ। ਸ਼ਾਂਤਮਈ ਮਾਰਚ ਦਾ ਹਿੱਸਾ ਬਣਨਾ ਹੈ, ਜੈਤੋਂ ਵੱਲ ਨੂੰ ਚਾਲੇ ਪਾ ਦਿੱਤੇ। ਜਦੋਂ ਗਿਣਤੀ ਵਿੱਚ ਪੈਂਦੇ ਆ ਤੇ ਤਕਰੀਬਨ 17 ਜਥੇ ਸ਼ਹਾਦਤ ਦੀ ਅਵਧੀ ਮਾਨਣ ਲਈ ਇਸ ਸੰਘਰਸ਼ ਵਿੱਚ ਚੱਲੇ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਕੁਝ ਵਿੱਚੋਂ ਸ਼ਹੀਦ ਵੀ ਹੋਏ। ਤੇ ਜਿਹੜਾ 17ਵਾਂ ਜਥਾ ਹੈ ਨਾ ਉਹਦੇ ਵਿੱਚ ਤੇ ਇੱਥੋਂ ਤੱਕ ਜ਼ਿਕਰ ਮਿਲਦਾ ਹੈ ਕੈਨੇਡਾ ਤੋਂ, ਸ਼ੰਘਾਈ ਤੋਂ, ਹਾਂਗਕਾਂਗ ਤੋਂ ਵੀ ਆ ਕੇ ਸਿੱਖਾਂ ਨੇ ਜੁਆਇਨਿੰਗ ਕੀਤੀ। ਰੋਸ ਵਜੋਂ ਇੰਨੀ ਦੂਰੋਂ ਦੂਰੋਂ ਚੱਲ ਕੇ ਵੀ ਸਿੱਖ ਆਏ ਸਨ ਵੀ ਆਪਾਂ ਸਮਰਪਿਤ ਕਰਨਾ ਹੈ। ਹਿਸਟਰੀ ਦੇ ਵਿੱਚ ਟੀਕਾਕਾਰ ਇੱਕ ਲਿਖਦਾ ਹੈ, ਫਾਈਨਲੀ ਦਾ ਗਵਰਨਮੈਂਟ ਸਟਾਰਟਿਡ ਨੈਗੋਸੀਏਸ਼ਨ। ਬ੍ਰਿਟਿਸ਼ ਅੰਪਾਇਰ ਨੂੰ ਇਹ ਗੱਲ ਸਮਝ ਲੱਗ ਗਈ ਵੀ ਸਿੱਖ ਕੱਟੇ ਜਾ ਸਕਦੇ ਨੇ, ਵੱਢੇ ਜਾ ਸਕਦੇ ਨੇ, ਇਹ ਝੁਕਣਗੇ ਨਹੀਂ, ਆਪਣੇ ਸਿਧਾਂਤ ਲਈ ਸਿਰ ਦੇ ਸਕਦੇ ਨੇ। ਤੋ ਮਦਨ ਮੋਹਨ ਮਾਲਵੀਆ ਪੰਡਿਤ ਦੇ
ਨਾਲ ਗੱਲਬਾਤ ਚਲਾ ਕੇ ਵਿਚੋਲਗੀ ਵਿੱਚ ਉਹਨੂੰ ਲੈ ਕੇ ਸਿੱਖ ਜਗਤ ਦੇ ਨਾਲ ਅਕਾਲੀਆਂ ਦੇ ਨਾਲ ਗੱਲਬਾਤ ਕੀਤੀ ਗਈ। ਅਖੀਰ 7 ਜੁਲਾਈ 1925 ਨੂੰ ਵਿਧਾਨ ਸਭਾ ਦੇ ਵਿੱਚ ਸਿੱਖ ਗੁਰਦੁਆਰਾ ਬਿੱਲ ਜਿਹੜਾ ਪਾਸ ਹੋਇਆ ਹੈ ਇਸੇ ਮੋਰਚੇ ਦੀ ਦੇਣ ਸੀ। ਔਰ ਇਉਂ ਸਮਝ ਲਓ ਭਾਰਤ ਵਰਸ਼ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਔਰ ਇਹ ਪਹਿਲੀ ਜੰਗ ਸੀ ਜਿਹੜੀ ਸਿੱਖ ਜਗਤ ਨੇ ਬ੍ਰਿਟਿਸ਼ ਅੰਪਾਇਰ ਕੋਲੋਂ ਜਿੱਤੀ ਸੀ। ਇਹਦੇ ਤੋਂ ਬਾਅਦ ਹੀ ਭਾਰਤ ਵਿੱਚ ਬਹੁਤੀ ਚੰਗਿਆੜੀ ਪ੍ਰਫੁੱਲਤ ਹੋਈ ਆਜ਼ਾਦੀ ਦੇ ਲਈ, ਕਿਉਂਕਿ ਜੇ ਕੋਈ ਮੁੱਖ ਮੋਰਚਾ ਟੁੱਟ ਜਾਵੇ ਨਾ ਤਾਂ ਕੌਮਾਂ ਦਾ ਲੱਕ ਟੁੱਟ ਜਾਂਦਾ ਹੈ। ਤਾਂ ਕਿਧਰੇ ਕੋਈ ਮੋਰਚਾ ਬੁਲੰਦੀਆਂ 'ਤੇ ਹੋਵੇ, ਕਾਮਯਾਬੀ ਮਿਲ ਜਾਵੇ ਤਾਂ ਕੌਮਾਂ ਸੁਰਜੀਤ ਹੋ ਉੱਠਦੀਆਂ ਨੇ। 2 ਸਾਲ ਦੇ ਕਰੀਬ ਸੰਘਰਸ਼ ਚੱਲਿਆ। ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੇ ਲੀਡਰ ਸਾਹਿਬਾਨ ਗ੍ਰਿਫਤ ਵਿੱਚ ਸਨ ਉਹ ਰਿਹਾ ਕੀਤੇ ਗਏ। ਖੁਸ਼ੀ ਦੇ ਵਿੱਚ ਖਾਲਸਾ ਜਗਤ ਨੇ 21 ਜੁਲਾਈ 1925 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਅਖੰਡ ਪਾਠਾਂ ਦੀ ਲੜੀ ਦਾ ਆਗਾਜ਼ ਕੀਤਾ। 6 ਅਗਸਤ 1925 ਈਸਵੀ ਤਾਈਂ 101 ਅਖੰਡ ਜਾਪਾਂ ਦੇ ਭੋਗ ਪਾਏ ਗਏ। ਮੈਂ ਬੇਨਤੀ ਕੀਤੀ ਸੀ ਸ਼ੁਰੂ ਵਿੱਚ ਅਰਦਾਸ ਕਰਕੇ ਸਿੱਖ ਆਗਾਜ਼ ਕਰਦਾ ਹੈ ਮੋਰਚੇ ਦਾ ਅਖੰਡ ਪਾਠ ਸਾਹਿਬਾਨਾਂ ਦੇ, ਗੁਰਾਂ ਦੀ ਸ਼ਰਨ ਲੈਂਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ। ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਤਸ਼ਾਹ ਦੀ ਅਜ਼ਮਤ ਹੈ, ਜਿਹੜੀ ਵੀ ਅਰਦਾਸ ਕਰੀਏ ਉਹਦੀ ਪੂਰਤੀ ਹੁੰਦੀ ਹੈ। ਸੈਂਕੜੇ ਕੁਰਬਾਨੀਆਂ